ਪਹਿਲਾਂ ਖਰਚਾ ਲੋਕਾਂ ਨੇ ਜਿਹੜੇ ਕਹਿੰਦੇ ਵੀ ਇਸ ਬੰਦਿਆਂ ਕਰਕੇ ਅਸੀਂ ਪ੍ਰਤਾੜਿਤ ਹਾਂ, ਇਸ ਬੰਦਿਆਂ ਕਰਕੇ ਅਸੀਂ ਇਹ ਸਟੈਪ ਚੁੱਕਿਆ, ਤੁਹਾਨੂੰ ਲੱਗਦਾ ਵੀ ਉਹ ਸਟੈਪ ਕਰਕੇ ਨਹੀਂ ਗਏ? ਇਹ ਇਹਨਾਂ ਤੋਂ ਕੌਣ, ਇਹਨਾਂ ਤੋਂ ਪੀੜਤ ਆ ਜਾਂ ਇਹਨਾਂ ਨੇ ਕਿਹਨੂੰ ਪੀੜਤ ਬਣਾਇਆ ਹੋਇਆ? ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ। ਇਹ ਲੰਬੇ ਹੱਥ ਭਾਵੇਂ ਸਿਆਸਤਦਾਨਾਂ ਤੇ ਸੱਤਾਧਾਰੀਆਂ ਤੱਕ ਪਹੁੰਚਣ 'ਚ ਉਮਰਾਂ ਲਾ ਦੇਣ, ਪਰ ਆਮ ਬੰਦੇ ਨੂੰ ਮਾੜਾ ਜਿਹਾ ਵੀ ਚੂੰ ਨਹੀਂ ਕਰਨ ਦਿੰਦੇ, ਤੇ ਜੇ ਕੋਈ ਚੂੰ ਕਰਕੇ ਗਵਾਲੀਅਰ ਭੱਜ ਜਾਵੇ ਤਾਂ ਉਸਨੂੰ ਮਿੰਟਾਂ 'ਚ ਯਾਦ ਪੋਚਦੇ ਨੇ। ਜੇ ਨਹੀਂ ਯਕੀਨ ਤਾਂ ਆ ਦੇਖੋ। ਆਈ ਪਛਾਣ, ਜੇ ਨਹੀਂ ਆਈ ਤਾਂ ਹੁਣ ਆ ਦੇਖੋ। ਜੀ ਹਾਂ, ਇਹ ਮੋਗਾ ਦੇ ਨਿਹਾਲ ਸਿੰਘ ਬਾਲਾ ਦਾ ਉਹੀ ਪਰਿਵਾਰ ਹੈ ਜਿਸਨੇ ਪੁਲਿਸ ਨੂੰ ਹੋਲੀ ਵਾਲੇ ਦਿਨ ਤੋਂ ਵਕਤ ਪਾਇਆ ਹੋਇਆ, ਪਰ ਇਹ ਭੁੱਲ ਗਏ ਸੀ ਕਿ ਫੜਨ ਵਾਲੇ ਤਾਂ ਵਿਜੇ ਮਾਲਿਆ ਤੇ ਨੀਰਵ ਮੋਦੀ ਤੱਕ ਜਾ ਪਹੁੰਚੇ, ਇਹ ਕਿਹੜੇ ਬਾਗ ਦੀ ਮੂਲੀ ਸੀ? ਤੇ ਹੁਣ ਆਹ ਦੇਖੋ ਕਿਵੇਂ ਬਹਾਨੇ ਲਗਾ ਰਹੇ ਨੇ। ਮੇਰਾ ਨਾਮ ਕ੍ਰਿਸ਼ਨ ਕੁਮਾਰ, ਅੱਜ ਡੇਟ 13 ਮਾਰਚ 2020। ਅਸੀਂ ਬਿਜ਼ਨਸ ਦੇ ਵਿੱਚ ਬੜਾ ਤੰਗ ਪਰੇਸ਼ਾਨ ਚੱਲ ਰਹੇ ਸੀਗੇ, ਇਸ ਕਰਕੇ ਅਸੀਂ ਉੱਥੋਂ ਜਾਣ ਦਾ ਫੈਸਲਾ ਕੀਤਾ ਸੀਗਾ। ਅਸੀਂ ਹੁਣ ਇਸ ਟਾਈਮ ਗਵਾਲੀਅਰ ਵਿੱਚ ਹੈਗੇ ਹਾਂ, ਸਾਰਾ ਪਰਿਵਾਰ ਤੁਹਾਡਾ ਸਹੀ ਸਲਾਮਤ ਹੈ। ਜਦੋਂ ਨਿਹਾਲ ਸਿੰਘ ਬਾਲਾ ਦੇ ਨਾਮੀ ਵਪਾਰੀ ਨੇ ਪਰਿਵਾਰ ਸਮੇਤ ਵੀਡੀਓ ਕਲਿੱਪ ਭੇਜ ਕੇ ਇਹ ਦੱਸਿਆ ਕਿ ਉਹ ਵਪਾਰ 'ਚ ਘਾਟਾ ਪੈਣ ਤੋਂ ਬਾਅਦ ਗਵਾਲੀਅਰ ਚਲੇ ਗਏ ਸੀ ਅਤੇ ਪੂਰਾ ਪਰਿਵਾਰ ਸਹੀ ਸਲਾਮਤ ਹੈ, ਤਾਂ ਮੋਗਾ ਪੁਲਿਸ ਦੇ ਸਾਹ 'ਚ ਸਾਹ ਆਇਆ, ਜਿਨ੍ਹਾਂ ਨੂੰ ਪੂਰੇ ਪਰਿਵਾਰ ਦੇ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਣ 'ਤੇ ਹੱਥਾਂ ਪੈਰਾਂ ਦੀ ਪਈ ਹੋਈ ਸੀ। ਵੀਡੀਓ ਕਲਿੱਪ ਦੇਖਣ ਤੋਂ ਬਾਅਦ ਮੋਗਾ ਪੁਲਿਸ ਦਾ ਕੀ ਕਹਿਣਾ ਹੈ, ਤੁਸੀਂ ਜਰਾ ਉਹ ਵੀ ਸੁਣ ਲਓ। ਮਾਨਯੋਗ SSP ਸਾਹਿਬ ਅਤੇ ਮਾਨਯੋਗ SP ਇਨਵੈਸਟੀਗੇਸ਼ਨ ਸਾਹਿਬ ਅਤੇ ਸਾਡੀਆਂ ਲੋਕਲ ਥਾਣੇ ਦੀਆਂ ਟੀਮਾਂ ਦੀ ਕਾਫੀ ਮਿਹਨਤ ਅਤੇ ਮਸ਼ੱਕਤ ਤੋਂ ਬਾਅਦ ਅਸੀਂ ਇੱਕ ਵੀਡੀਓ ਜਿਹੜੀ ਉਹ ਪਰਿਵਾਰ ਵੱਲੋਂ ਸਾਰਿਆਂ ਨੇ ਲਾਈਵ ਹੋ ਕੇ ਉਹ ਭੇਜੀ ਆ, ਜਿਹੜੀ ਤੁਹਾਨੂੰ ਸਾਰਿਆਂ ਨੂੰ ਅਸੀਂ ਡਿਸਪਲੇ ਕਰ ਹੀ ਦਿੱਤੀ ਆ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਬਿਜ਼ਨਸ ਦੇ ਵਿੱਚ ਅਸੀਂ ਤੰਗ ਪਰੇਸ਼ਾਨ ਸੀਗੇ, ਇਸ ਕਰਕੇ ਅਸੀਂ ਜਾਣ ਦਾ ਫੈਸਲਾ ਕੀਤਾ, ਅਤੇ ਹੁਣ ਅਸੀਂ ਸ਼ਹਿਰ ਦਾ ਨਾਂ ਲੈ ਕੇ ਕਹਿ ਰਹੇ ਆ ਵੀ ਅਸੀਂ ਉੱਥੇ ਜਿੱਥੇ ਵੀ ਹੈਗੇ ਹਾਂ ਗਵਾਲੀਅਰ ਵਿਖੇ ਅਸੀਂ ਸਹੀ ਸਲਾਮਤ ਹੈਗੇ। ਉਹ ਤਾਂ ਉਹਦੇ ਵਿੱਚ ਹੀ ਸਵੇ ਸਪਸ਼ਟ ਹੀ ਆ ਵੀ ਬਿਜ਼ਨਸ ਦੇ ਵਿੱਚ ਕਰਕੇ ਅਸੀਂ ਤੰਗ ਪਰੇਸ਼ਾਨ ਸੀ, ਹੁਣ ਇਹ ਗਵਾਲੀਅਰ ਪਤਾ ਲੱਗਿਆ। ਉਹ ਅਸੀਂ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀਆਂ, ਅਤੇ ਬਾਕੀ ਉਹਨਾਂ ਨੂੰ ਵੀ ਚਾਹੀਦਾ ਉਹ ਵਾਪਸ ਆ ਜਾਣ ਇੱਥੇ, ਆਪਦਾ ਬਿਜ਼ਨਸ ਸੰਭਾਲਣ ਅਤੇ ਲੋਕ ਭਾਈਚਾਰੇ ਦੇ ਵਿੱਚ ਰਹਿ ਕੇ ਆਪਦਾ
ਜ਼ਿੰਦਗੀ ਬਸਰ ਕਰਨ। ਜਿਹੋ ਜਿਹੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਜਿਹੜੇ ਹਿਸਾਬ ਨਾਲ ਪਰਿਵਾਰ ਦੇ ਹਾਲਾਤ ਸੀਗੇ ਵੀ ਪਰਿਵਾਰ ਸਹੀ ਸਲਾਮਤ ਹੋਣਾ ਚਾਹੀਦਾ। ਹਜੇ ਤੱਕ ਅੱਜ ਦੀ ਡੇਟ ਤੱਕ ਤਾਂ ਉਹ ਪਰਿਵਾਰ ਜਿਹੜਾ ਸਹੀ ਸਲਾਮਤ ਹੈ, ਬਾਅਦ ਦੀਆਂ ਗੱਲਾਂ ਇਹ, ਬਾਕੀ ਤਾਂ ਪਾਰਟ ਆਫ ਇਨਵੈਸਟੀਗੇਸ਼ਨ। ਲੋਕ ਅਕਸਰ ਕਹਿੰਦੇ ਨੇ ਕਿ ਵਕਤ ਬੜਾ ਬਲਵਾਨ ਹੈ, ਇਹ ਰਾਜੇ ਨੂੰ ਕਦੋਂ ਰੰਕ ਤੇ ਰੰਕ ਨੂੰ ਕਦੋਂ ਰਾਜਾ ਬਣਾ ਦੇਵੇ ਇਹ ਕੋਈ ਨਹੀਂ ਜਾਣਦਾ। ਤੇ ਇਸ ਪਰਿਵਾਰ ਦੀ ਤਾਜ਼ਾ ਉਦਾਹਰਨ ਦੇਖ ਕੇ ਤਾਂ ਲੋਕਾਂ ਦਾ ਕਥਨ ਆਮ ਜਨਤਾ ਦੇ ਮਨਾਂ ਅੰਦਰ ਹੋਰ ਡੂੰਘਾ ਅਸਰ ਕਰ ਗਿਆ। ਆਹ ਦੇਖ ਲਓ ਇਸ ਪਰਿਵਾਰ ਦਾ ਹਾਲ, ਦੇਖ ਲਓ ਇਹਨਾਂ ਦੇ ਮਹਿਲ, ਦੇਖ ਲਓ ਇਹਨਾਂ ਦੇ ਕਾਰੋਬਾਰ, ਹੋ ਗਿਆ ਨਾ ਮਿੰਟਾਂ 'ਚ ਮਲੀਆ ਮੇਟ। ਇਸ ਲਈ ਰੱਬ ਨੂੰ ਟੱਪ ਦੱਸਣ ਵਾਲਿਓ, ਛੱਡ ਦਿਓ ਹੰਕਾਰ, ਕਦੋਂ ਉਹ ਉੱਪਰ ਵਾਲਾ ਭੀਖ ਮੰਗਣ ਤੇ ਮਜਬੂਰ ਕਰ ਦੇਵੇ ਕੋਈ ਨਹੀਂ ਜਾਣਦਾ। ਇਸ ਮਾਮਲੇ ਨੂੰ ਹੱਲ ਕਰਨ ਤੋਂ ਬਾਅਦ ਪੁਲਿਸ ਵਾਲੇ ਹੁਣ ਬੇਸ਼ੱਕ ਖੁਸ਼ ਨੇ, ਪਰ ਡਰ ਇੰਨਾ ਹੈ ਕਿ ਇਸ ਪਰਿਵਾਰ ਦੀ ਬਦਨਾਮੀ ਇੰਨੀ ਕੁ ਹੋ ਗਈ ਹੈ ਕਿ ਪਰਮਾਤਮਾ ਕਰੇ ਇਹ ਸੁੱਖੀ ਸਾਂਦੀ ਆਪਣੇ ਸ਼ਹਿਰ ਵਾਪਸ ਮੁੜ ਆਉਣ। ਸਰਬੱਤ ਦਾ ਭਲਾ ਚਾਹੁਣ ਵਾਲੇ ਲੋਕਾਂ ਦੀ ਇਹੋ ਅਰਦਾਸ ਹੈ। ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਹਰਪ੍ਰੀਤ ਮਹਿਰੋਂ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ ਚ ਅਣਬਣ, ਨੌ ਦਾ ਵਸ਼ੀਕਰਨ, ਵਿਦੇਸ਼ ਯਾਤਰਾ ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।